अज असी सरकार नू दसना चाहते हाँ बे साड़ी तां बस हो चुकी है, जिहड़ियां नवीं बसा पाईआं उन्हां दी साते भी पहलां बस हो गई। 50 सीटां तुसी बस दे विच लाईआं, सवारियां तुसी 120 भी चढ़ाउंदे उच, उहदा कौण जिम्मेवार है? ਇਹ ਫਿਰ ਘਾਟਾ ਕਿੱਦਾਂ ਪੈਂਦਾ ਇੰਨੀ ਤਾਂ ਸਵਾਰੀ? ਪਹਿਲਾਂ ਇਹ ਦੇਖੋ, ਬੱਸ ਵੀ ਲੱਗਣ ਨਹੀਂ ਦਿੰਦੀ ਸਵਾਰੀ ਕਾਊਂਟਰ ਤੇ, ਕੋਈ ਟਾਇਰ ਥੱਲੇ ਆ ਕੇ ਮਰ ਗਿਆ, ਕੌਣ ਜ਼ਿੰਮੇਵਾਰ ਹੈ ਜੀ? ਆ ਮੈਂ ਤੁਹਾਨੂੰ ਦਿਖਾਣੀ ਚਾਹਨਾ, ਇਹਦੇ ਵਿੱਚ 41 ਟਿਕਟਾਂ ਨੇ ਤੇ ਪੁਲਿਸ ਮੁਲਾਜ਼ਮ 3 ਨੇ ਤੇ 94 ਆਧਾਰ ਕਾਰਡ ਨੇ, 19 ਪਾਸ ਨੇ, 5 ਸਟਾਫ ਨੇ ਤੇ 162 ਸਵਾਰੀਆਂ ਗੱਡੀ ਦੇ ਵਿੱਚ ਨੇ। ਤੁਸੀਂ ਇਹ ਦੱਸੋ ਜੀ, ਇਹ ਗੱਡੀ ਕਿੱਥੋਂ KPL ਦੇ ਦੂਗੀ ਜੀ? ਫਿਰ ਤੁਸੀਂ ਸੀਟਾਂ ਕਢਾ ਕੇ ਦਰੀਆਂ ਵਿਛਾ ਦਿਓ। ਇਹ ਤਾਂ ਦਰੀਆਂ ਵਿਛਾਣੇ ਵਾਲਾ ਹੀ ਕੰਮ ਹੋਇਆ। ਬਾਡੀ ਤੋਂ ਬਾਅਦ ਜੇ 50 ਸੀਟਾਂ ਲੱਗਦੀਆਂ ਨੇ, ਸੀਟਾਂ ਤੋਂ ਬਾਅਦ ਇਹ ਗੱਡੀ ਓਵਰਲੋਡ ਵੀ ਹੁੰਦੀ ਹੈ। ਮਤਲਬ ਕਹਿਣ ਤੋਂ ਭਾਵ ਵੀ ਸਿਰ ਤੇ ਬੰਦਾ ਟੋਕਰਾ ਰੱਖ ਕੇ ਉਹਦੇ ਵਿੱਚ 1.5 ਕੁਇੰਟਲ ਵਜਨ, ਜੇ 50 ਕਿਲੋ ਚੱਕ ਸਕਦਾ 1.5 ਕੁਇੰਟਲ ਲੈ ਕੇ ਫਿਰ ਭੱਜ ਕੇ ਵੀ ਜਾਵੇ। ਭੱਜ ਕੇ ਵੀ ਜਾਵੇ, ਫੁੱਲ ਸੀਟਾਂ ਭਰ ਕੇ ਵੀ ਬੰਦੇ ਖੜੇ ਆ। ਤੁਸੀਂ ਖੁਦ ਦੇਖ ਲਿਓ ਜਦ ਇਸ ਗੱਡੀ ਨੇ ਚੱਲਣਾ ਜੀ, ਔਰ ਕਿਵੇਂ ਗੱਡੀ ਨੇ ਨਾ ਲਟਕਦੀ ਨੇ ਜਾਣਾ। ਇੱਕ ਸਾਡਾ ਕਨੈਕਟਰ ਵੀਰ ਨੇ ਉਹਨੂੰ ਅਗਵਾਹ ਕਰਕੇ ਲੈ ਗਏ ਨੇ। ਅਸੀਂ ਸਰਕਾਰ ਨੂੰ ਇਹ ਕੰਮ ਕਹਿਣਾ ਚਾਹੁੰਦੇ ਆ ਵੀ ਜੇ ਐਵੇਂ ਹੀ ਅਗਵਾਹ ਹੋਣ ਲੱਗ ਪਏ ਤਾਂ ਸਾਡੇ ਹੱਥ ਖੜੇ ਹੋ ਚੁੱਕੇ ਨੇ। ਕੰਡਕਟਰ ਨੇ ਫਿਰ ਕੁਛ ਇਹੋ ਜਿਹਾ ਕਰਿਆ ਹੋਣਾ ਜੀ ਜਿਹਦੇ ਕਰਕੇ ਅਗਵਾਹ ਹੋਣ ਦੀ ਨੌਬਤ ਆਈ, ਕਿਉਂ ਹੋਇਆ ਸਾਰਾ ਕੁਝ? ਦੇਖੋ ਜੀ, ਇੱਕ ਆਧਾਰ ਕਾਰਡ ਮੰਗਣ ਪਿੱਛੇ। ਤੇ ਹੁਣ ਤੁਸੀਂ ਕੀ ਕਹਿੰਦੇ ਹੋ ਵੀ ਫਿਰ ਜਿਹੜੀ ਸਕੀਮ ਤਾਂ ਸਰਕਾਰ ਦੀ ਹੈ ਨਾ, ਚਲਾਣੀ ਤਾਂ ਉਹਨੂੰ ਪਊਗੀ? 500 ਕਰੋੜ ਦੇ ਕਰੀਬ ਦਿੱਤਾ ਤਾਂ ਹੈ ਜੀ ਉਹਨਾਂ ਨੇ। ਉਸ ਰੋਡਵੇਜ਼ ਤਾਂ ਦਿੱਤਾ ਹੀ ਨਹੀਂ ਹੈ ਜੀ। ਆ ਸਾਡੀਆਂ ਬੱਸਾਂ ਦਾ ਹਾਲ ਦੇਖ ਲਓ, ਟਾਇਰਾਂ ਦਾ ਹਾਲ ਦੇਖ ਲਓ। ਦਿਖਾਇਓ ਜੀ ਕਿੱਥੇ ਟਾਇਰ। ਦੇਖੋ ਜੀ ਸਾਡੀ ਬੱਸ ਦੇ, ਆ ਦੇਖੋ ਜੀ ਕਹਿੰਦੇ ਪੈਸੇ ਦਿੱਤੇ, ਆ ਦੇਖੋ ਜੀ ਟਾਇਰਾਂ ਦਾ ਹਾਲ। ਕੌਣ ਕਹਿੰਦਾ ਜੀ ਰੋਡਵੇਜ਼ ਨੂੰ ਪੈਸੇ ਦਿੱਤੇ? ਆ ਦੇਖੋ ਜੀ ਨਵੀਂ ਬੱਸ ਹੈ, ਇਹਦਾ ਸ਼ੀਸ਼ਾ ਦੇਖੋ ਜੀ। ਕੌਣ ਕਹਿੰਦਾ ਜੀ ਪੈਸੇ ਦਿੱਤੇ? ਆ ਦੇਖੋ ਜੀ ਹਾਲ। ਇਹ ਸ਼ੀਸ਼ਾ ਤਾਂ ਫਿਰ ਇਦਾਂ ਲੱਗਦਾ ਜੀ ਜਿੱਦਾਂ ਸਿਸਟਮ ਨੂੰ ਸ਼ੀਸ਼ਾ ਦਿਖਾ ਰਿਹਾ ਹੋਵੇ। ਇੱਕ ਬੱਸ ਦੀ ਸਵਾਰੀ ਹੈ ਜੀ ਇਹ। ਅੱਛਾ ਜੀ, ਇੰਨੀ? ਆ ਦੇਖੋ ਜੀ ਇਹ ਇੱਕ ਲੈ ਮੀਟਰਾਂ ਨਾਲ ਸਵਾਰੀ ਚੜਦੀ ਜੀ, ਸੀਟਾਂ ਨਾਲ ਨਹੀਂ ਚੜਦੀ ਹੁਣ। ਬੇ ਸੀਟਾਂ ਦਾ 50 ਦਾ ਸਵਾਰੀਆਂ ਦਾ ਸਿਸਟਮ ਹੋਵਾ, ਹੁਣ ਮੀਟਰਾਂ ਨਾਲ ਸਵਾਰੀ ਚੜਦੀ ਜੀ। ਇਹ ਦੋਨੇ ਸਲਿੱਪ ਇੱਕ ਬੱਸ ਦੀਆਂ? ਇੱਕ ਬੱਸ ਦੀਆਂ ਜੀ। ਇੱਕ ਗੇੜੇ ਦੀਆਂ? ਇੱਕ ਗੇੜੇ ਦੀਆਂ ਜੀ। ਇਹ ਹੁਣ ਕਹਿੰਦੇ ਜੀ ਉਹ ਕੱਪੜਾ ਮਿਣਨੇ ਵਾਲਾ ਇੰਚੀ ਟੇਪ ਲਿਆਉਣਾ ਪੈਣਾ, ਉਹਦੇ ਨਾਲੇ ਪਤਾ ਲੱਗੂਗਾ ਕਿੰਨੀਆਂ ਸਵਾਰੀਆਂ ਇਹਦੇ ਵਿੱਚ। ਹਰੇਕ ਘੱਡੇ ਤੇ ਇੰਸਪੈਕਟਰ ਲਾਇਆ, ਡੈਰੀ ਮਾਰਦਾ, ਸਵਾਰੀ ਕਿਉਂ ਨਹੀਂ ਚੜਾਉਂਦੇ ਤੁਸੀਂ, ਤੁਹਾਡੀ ਰਿਪੋਰਟ ਹੋਊਗੀ। ਉਹ ਇੱਕ ਬੱਸ ਦੇ ਵਿੱਚ ਪਹਿਲੇ 100 ਸਵਾਰੀਆਂ ਕਿੱਥੇ ਚਾਲ ਲੈਣਗੇ ਜੀ? ਉਹ ਬੱਸ ਦੇ ਪਿੱਛੇ ਬਈ ਟਰਾਲੀ ਦਾ ਇੰਤਜ਼ਾਮ ਕਰ ਲਓ, ਕੋਈ ਹੋਰ ਪਾ ਲਓ ਥੋੜੀ ਜੀ। ਜਨਾਬ ਟਰਾਲੀ ਨਾਲ ਨਹੀਂ ਗੱਲ ਬਣਨਾ, ਇਹਦੇ ਮਗਰ ਤਾਂ ਟਰਾਲੇ ਜੋੜਨੇ ਪੈਣੇ ਤਾਂ ਕਿਤੇ ਗੇਮ ਬਣੂਗੀ। ਭਗਵੰਤ ਮਾਨ ਜੀ ਨੇ ਸੱਤਾ 'ਚੋਂ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀਗਾ, ਸਾਡੇ ਵਿੱਚ ਹੜਤਾਲਾਂ ਦੇ ਵਿੱਚ ਆ ਕੇ ਬੈਠੇ ਸੀ, ਕਹਿੰਦਾ ਵੀ ਸਾਨੂੰ ਵੋਟਾਂ ਪਾਓ, ਸਾਡੀ ਸਰਕਾਰ ਆਲਣ ਦਿਓ। ਜਿੱਦਣ ਸਾਡੀ ਸਰਕਾਰ ਆਈ, ਪਹਿਲੀ ਕੈਬਨਿਟ ਦੇ ਵਿੱਚ ਤੁਹਾਨੂੰ ਮੈਂ ਰੈਗੂਲਰ ਕਰਾਂਗਾ, ਪਰ 1 ਸਾਲ ਲੰਘ ਚੁੱਕਿਆ, ਸਰਕਾਰ ਦੀ ਕੰਨ 'ਤੇ ਜੂ ਨਹੀਂ ਸਰਕੀ, ਉਹਦੀ KPL ਘੱਟ ਆਊਗੀ, ਨੂੰ ਫੋਨ ਆਊਗਾ ਵੀ ਤੇਰੀ KPL ਘੱਟ ਹੈ, ਤੈਨੂੰ ਕੱਲ੍ਹ ਨੂੰ ਰੂਟ ਚੇਂਜ ਕੀਤਾ ਜਾਊਗਾ। KPL ਮਤਲਬ ਕਿਲੋਮੀਟਰ ਪਰ ਲੀਟਰ, ਐਵਰੇਜ ਪਰ ਲੀਟਰ। 5 ਦੀ KPL ਮੰਗਦੇ ਜੀ, 1 ਲੀਟਰ ਨਾ 5 ਦੀ, ਔਰ ਜੋ ਕੰਪਨੀ ਕਹਿ ਰਹੀ ਹੈ। ਜਦੋਂ ਇੰਨੀ ਸਵਾਰੀ ਕਨੈਕਟਰ ਟਿਕਟਾਂ ਕੱਟ ਕੇ ਆਉਂਦਾ ਜੀ, ਡਰਾਈਵਰ ਨੂੰ ਮੈਡਲ ਮਿਲਦਾ ਜੀ। ਜਦੋਂ ਉਹਦੀ ਤੇਲ ਜ਼ਿਆਦਾ ਪੈਂਦਾ ਨਾ ਜੀ, ਤਾਂ ਉਹਦੀ ਜੇਬ ਦੇ ਵਿੱਚੋਂ ਪੈਸੇ ਕੱਟੇ ਜਾਂਦੇ ਜੀ ਡਰਾਈਵਰ ਦੀ ਚੋਂ। ਜੇ ਢਾਬੇ 'ਤੇ ਖੜ ਗਈ, BTS ਦੀ ਰਿਪੋਰਟ ਆ ਜੂਗੀ ਵੀ ਆ ਢਾਬੇ 'ਤੇ ਤੇਰੀ ਗੱਡੀ 20 ਮਿੰਟ ਖੜ੍ਹੀ, ਕਾਹਦੇ ਵਾਸਤੇ ਖੜ੍ਹੀ? ਜਦ ਅਸੀਂ ਦੱਸੀਦਾ ਵੀ ਜਨਾਬ ਰੋਟੀ ਖਾਣ ਨੂੰ, ਤੂੰ ਕਿਹਦੀ ਪਰਮਿਸ਼ਨ ਲਈ ਰੋਟੀ ਖਾਣ ਨੂੰ? ਇਹ ਸਾਨੂੰ ਸਵਾਲ ਜਵਾਬ ਹੁੰਦੇ। ਜੇ ਕਿਸੇ ਲੇਡੀ ਨਾਲ 5 ਸਾਲ ਦਾ ਜਵਾਕ ਆ, ਉਹਦੇ ਕੋਲ ਆਧਾਰ ਕਾਰਡ ਨਹੀਂ ਹੈਗਾ, ਤਾਂ ਉਹਦੇ ਨਾਲ ਵੀ ਸਾਨੂੰ ਬਹਿਸ ਬਸਈਆ ਕਰਨਾ ਪੈਂਦਾ। ਜੇ ਉਹਨੂੰ ਕਹਿੰਦੇ ਵੀ ਭਾਈ ਇਹਦੀ ਅੱਧੀ ਟਿਕਟ ਲੈ ਲਾ, ਤਾਂ ਉਹ ਕਹਿੰਦੀ ਆ ਵੀ ਸਰਕਾਰ ਨੇ ਫਰੀ ਕਰਿਆ ਆ, ਤੁਹਾਡੇ ਕਿਹੜੇ ਘਰ ਦੀ ਬੱਸ ਆ? ਤੁਹਾਨੂੰ ਇਹ ਨਹੀਂ ਪੁੱਛਦੇ ਤੁਹਾਡਾ ਢਿੱਡ ਦੁਖਦਾ? ਢਿੱਡ ਦੁਖਦਾ ਇੱਥੇ ਤੱਕ ਵੀ ਜਾਂਦੇ ਵੀ ਤੁਹਾਡੇ ਕਿਹੜੇ ਬਾਪ ਦੀ ਬੱਸ ਆ ਇਹ? ਇਹ ਭੁਰ ਭੁਰ ਕੇ ਨਾ ਸਾਡੇ ਡਰਾਈਵਰ ਸਾਹਿਬ, ਇਹਨਾਂ ਨੂੰ ਸਗੋਂ ਮੈਂ ਖੁਦ ਡਾਕਟਰ ਤੋਂ ਦਵਾਈ ਦਵਾਈ, ਇਹਨਾਂ ਦੀ ਅੱਖਾਂ 'ਚ ਕਚਰਾ ਪੈ ਗਿਆ ਸੀਗਾ, ਇਹ ਸ਼ੀਸ਼ੇ ਦੇ ਭੁਰਕੇ, ਸ਼ੀਸ਼ੇ ਦਾ ਭੁਰਕੇ। ਇਸ 3 ਦਿਨ ਮੈਂ ਇਹਨਾਂ ਦੀ ਆਪ ਅੱਖਾਂ 'ਚ ਦਵਾਈ ਪਾਉਂਦਾ ਰਿਹਾ। ਸਵਾਰੀ ਕੋਈ ਬੱਚਾ ਚਲੋ ਜਵਾਕ ਆ, ਉਹਨੂੰ ਉਲਟੀ ਆ ਗਈ, ਕੋਈ ਵਿੱਚੇ ਕਰ ਦਿੰਦਾ, ਤਾਂ ਉਹਦੇ ਵਾਸਤੇ ਕੋਈ ਅੰਦਰ ਸਾਫ਼ ਸਫਾਈ ਦਾ ਪ੍ਰਬੰਧ ਨਹੀਂ ਹੈਗਾ। ਨਾ ਬੰਦਾ ਸਾਡੇ ਧੋਣੇ ਵਾਲਾ ਕੋਈ ਡੱਗ ਪਰ, ਨਾ ਕੋਈ ਝਾੜੂ ਲਾਉਣੇ ਵਾਲਾ, ਉਲਟੀਆਂ ਸਿੱਧੀਆਂ ਸਭ ਤੁਹਾਡੇ ਪੱਲੇ ਹੀ ਆ, ਸਭ ਸਾਡੇ ਪੱਲੇ ਹੀ ਹੁਣ ਸਰ। ਅਸੀਂ ਤਾਂ ਵਿੱਚ ਵੀ ਕਈ ਵਾਰੀ ਵਿੱਚ ਵੀ ਪੈਣਾ ਹੁੰਦਾ,
लंघ नहीं होता बच्चा देखो नेगा मार लो जी गड्डी लैन लगी हुई डबल लैन लगी हुई फिर भी लोग चढ़ने नहीं हटते मना कर दिए तो उल्टी साड़ी रिपोर्टा कर दे अंदर भी चढ़ाते नहीं है सत श्री अकाल पंजाबी लोग चैनल देख रहे हो मैं सतनाम सिंह हाँ आवाजाई के साधनों की गल करिए बस जी ट्रांसपोर्ट हैगी एक वड्डा आवाजाई का साधन है बहुत सारे लोग ये उत्ते निर्भर है जिते प्राइवेट ट्रांसपोर्टा चल दी तो सरकारी ट्रांसपोर्ट रोडवेज पंजाब की रोडवेज जी है वड्डा अदारा है बहुत सारिया बसों के रोज़ हज़ार लोग लखा लोग सफ़र करते हैं पर जिते लोग सहूलत चाहते हैं तो इन ड्राइवर कंडक्टर जोड़े है कहते भी साड़ी तो बस हो ही पई है बसा चल रही हैं बड़ी मुश्किल न चला रहे हैं भी इन्नी ज़्यादा बस होगी असी बेबस हो गए क्यों होगी बस कि गलों लैके हुई है वह सारी गलबात करते हैं जी की ना तो भाजी तो ਕਿਹੜੀਆਂ ਗੱਲਾਂ ਨੂੰ ਲੈ ਕੇ ਤੁਸੀਂ ਅੱਜ ਇਕੱਠੇ ਹੋਏ ਮੈਂ ਰੋਪੜ ਡੀਪੂ ਦਾ ਪ੍ਰਧਾਨ ਕੁਲਵੰਤ ਸਿੰਘ ਜੀ ਅੱਜ ਅਸੀਂ ਇਕੱਠੇ ਹੋਏ ਆ ਪੰਜਾਬ ਦੇ ਸੱਦੇ ਤੇ ਇਕੱਠੇ ਹੋਏ ਆ ਅੱਜ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ ਤਾਂ ਬੱਸ ਹੋ ਚੁੱਕੀ ਹੈ ਜਿਹੜੀਆਂ ਨਵੀਆਂ ਬੱਸਾਂ ਪਾਈਆਂ ਉਹਨਾਂ ਦੀ ਸਾਤੇ ਵੀ ਪਹਿਲਾਂ ਬੱਸ ਹੋ ਗਈ ਸਮਾਨ ਸਪੇਅਰ ਪਾਰਟ ਨਹੀਂ ਆ ਰਿਹਾ ਆ ਟਾਇਰਾਂ ਦਾ ਹਾਲ ਦੇਖ ਲਓ ਸਵਾਰੀ ਸਾਡੇ ਕੋਲ 50 ਸੀਟਾਂ ਨੇ ਸਵਾਰੀ ਸਾਡੇ ਕੋਲ 120 130 ਸੀਟਾਂ ਸਾਡੇ ਕੋਲ ਸਵਾਰੀ ਹੋ ਜਾਂਦੀ ਇੰਨੀ ਓਵਰਲੋਡ ਸਵਾਰੀ ਹੁੰਦੀ ਸਾਡੇ ਕੋਲ ਅਗਰ ਕੋਈ ਸਵਾਰੀ ਗਿਰ ਗਈ ਤਾਂ ਉਹਦੀ ਜ਼ਿੰਮੇਵਾਰੀ ਵੀ ਡਰਾਈਵਰ ਕੰਡਕਟਰ ਦੀ ਹੈ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਜਿਹੜੀ 50 ਸੀਟਾਂ ਤੁਸੀਂ ਬੱਸ ਦੇ ਵਿੱਚ ਲਾਈਆਂ ਸਵਾਰੀਆਂ ਤੁਸੀਂ 120 ਵੀ ਚੜ੍ਹਾਉਂਦੇ ਹੋ ਉਹ 'ਚ ਉਹਦਾ ਕੌਣ ਜ਼ਿੰਮੇਵਾਰ ਹੈ ਜਦ 120 ਸਵਾਰੀਆਂ ਚੜ੍ਹਦੀਆਂ ਨੇ ਤਾਂ ਉਹਦੀ KPL ਵੀ ਘੱਟਦੀ ਹੈ ਜੋ ਕੰਪਨੀ KPL ਨਹੀਂ ਦੇ ਰਹੀ ਮੈਨੇਜਮੈਂਟ ਸਾਤੋਂ KPL ਭਾਲਦੀ ਹੈ ਵੀ ਇੰਨੀ KPL ਆਉਣੀ ਚਾਹੀਦੀ 5 ਦੀ ਆਉਣੀ ਚਾਹੀਦੀ 5.5 ਦੀ ਆਉਣੀ ਚਾਹੀਦੀ ਸਵਾਰੀ ਦੀ ਲਿਮਿਟ ਉਹ ਸਾਨੂੰ ਦੱਸੇ ਪ੍ਰਸ਼ਾਸਨ ਵੀ ਕਿੰਨੀ ਲਿਮਿਟ ਹੋਣੀ ਚਾਹੀਦੀ ਮੈਨੇਜਮੈਂਟ 50 ਸੀਟਾਂ 120 ਸਵਾਰੀਆਂ ਫਿਰ ਤੁਸੀਂ ਸੀਟਾਂ ਕਢਾ ਕੇ ਦਰੀਆਂ ਵਿਛਾ ਦਿਓ ਇਹ ਤਾਂ ਦਰੀਆਂ ਵਿਛਾਉਣ ਵਾਲਾ ਹੀ ਕੰਮ ਹੋਇਆ ਕਿਸੇ ਵੀ ਬੱਸ ਸਟੈਂਡ 'ਤੇ ਚਲ ਜਾਓ ਇੱਕ ਸਵਾਰੀ ਉਤਰਦੀ ਹੈ 20 ਚੜ੍ਹਦੀਆਂ ਕੱਲ੍ਹ ਦਾ ਜਲੰਧਰ ਦਾ ਵਾਕਾ ਹੋਇਆ ਇੱਕ ਸਾਡਾ ਕਨੈਕਟਰ ਵੀਰ ਨੇ ਉਹਨੂੰ ਅਗਵਾਹ ਕਰਕੇ ਲੈ ਗਏ ਨੇ ਅਸੀਂ ਸਰਕਾਰ ਨੂੰ ਇਹ ਕੰਮ ਕਹਿਣਾ ਚਾਹੁੰਦੇ ਹਾਂ ਵੀ ਜੇ ਐਵੇਂ ਹੀ ਅਗਵਾਹ ਹੋਣ ਲੱਗ ਪਏ ਤਾਂ ਸਾਡੇ ਹੱਥ ਖੜ੍ਹੇ ਹੋ ਚੁੱਕੇ ਨੇ ਉਹ ਕੰਡਕਟਰ ਨੇ ਫਿਰ ਕੁਛ ਇਹੋ ਜਿਹਾ ਕਰਿਆ ਹੋਣਾ ਜੀ ਜਿਹਦੇ ਕਰਕੇ ਅਗਵਾਹ ਹੋਣ ਦੀ ਨੌਬਤ ਆਈ ਕਿਉਂ ਹੋਇਆ ਸਾਰਾ ਕੁਝ ਦੇਖੋ ਜੀ ਇੱਕ ਆਧਾਰ ਕਾਰਡ ਮੰਗਣ ਪਿੱਛੇ ਸਵਾਰੀ ਤੋਂ ਆਧਾਰ ਕਾਰਡ ਮੰਗਿਆ ਕੋਈ ਗੁਨਾਹ ਨਹੀਂ ਕਰਿਆ ਆਧਾਰ ਕਾਰਡ ਆਧਾਰ ਕਾਰਡ ਤਾਂ ਮੰਗੂਗਾ ਹੀ ਆਧਾਰ ਕਾਰਡ ਮੰਗੂ ਤਾਂਹੀਓ ਟਿਕਟ ਦਊਗਾ ਆਧਾਰ ਕਾਰਡ ਮੰਗਿਆ ਸਵਾਰੀ ਨੇ ਨਹੀਂ ਦਿੱਤਾ ਉਹਦੇ ਵਿੱਚ ਉਹ ਸਾਡੀ ਬਹਿਸ ਹੋ ਗਈ ਔਰ ਉਸੇ ਕਨੈਕਟਰ ਦਾ ਥੱਪੜ ਮਾਰੇ ਗਏ ਔਰ ਥੱਪੜ ਮਾਰੇ ਗਏ ਤੇ ਆਪਸ 'ਚ ਫੋਨ ਕਰਕੇ ਰਾਬਤਾ ਕਰਕੇ ਕਿਸੇ ਤੋਂ ਬੰਦੇ ਬੁਲਾ ਕੇ ਆਪਦੇ ਘਰ ਤੋਂ ਚਾਹੇ ਕਿਤੋਂ ਤੋਂ ਹੀ ਬੁਲਾ ਕੇ ਉਹ ਕਨੈਕਟਰ ਅਗਵਾਹ ਕਰ ਲਿਆ ਅਗਰ ਉਹ ਕਨੈਕਟਰ ਮਰ ਜਾਂਦਾ ਕੌਣ ਜ਼ਿੰਮੇਵਾਰ ਸੀਗਾ ਜੀ ਮੈਨੇਜਮੈਂਟ ਜਾਂ ਪ੍ਰਸ਼ਾਸਨ ਤੇ ਹੁਣ ਤੁਸੀਂ ਕੀ ਕਹਿੰਦੇ ਹੋ ਵੀ ਫਿਰ ਜਿਹੜੀ ਸਕੀਮ ਤਾਂ ਸਰਕਾਰ ਦੀ ਹੈ ਨਾ ਚਲਾਣੀ ਤਾਂ ਉਹਨੂੰ ਪਊਗੀ ਫਿਰ ਸਰਕਾਰ ਨੇ ਤੁਹਾਡੇ ਵਾਸਤੇ ਸਕੀਮ ਨਹੀਂ ਤੁਹਾਡੇ ਵਾਸਤੇ ਸਿਆਪਾ ਖੜਾ ਕੀਤਾ ਹੋਇਆ ਇਹ ਕਹਿੰਦੇ ਤੁਸੀਂ ਅਸੀਂ ਸਕੀਮ ਮਾੜੀ ਨਹੀਂ ਕਹਿੰਦੇ ਸਾਡੀਆਂ ਹੀ ਭੈਣਾਂ ਨੇ ਸਾਡੀਆਂ ਹੀ ਮਤਾਵਾਂ ਨੇ ਅਸੀਂ ਕਹਿੰਦੇ ਸਰਕਾਰ ਨੂੰ ਵੀ ਇਹਦੇ ਵਾਸਤੇ ਜੋ ਬਜਟ ਹੈ ਉਹ ਵੀ ਦੇਣਾ ਚਾਹੀਦਾ ਔਰ ਬੱਸਾਂ ਨਵੀਆਂ ਪਾਣੀਆਂ ਚਾਹੀਦੀਆਂ ਘੱਟ ਤੋਂ ਘੱਟ 500 ਕਰੋੜ ਦੇ ਕਰੀਬ ਦਿੱਤਾ ਤਾਂ ਹੈ ਜੀ ਉਹਨਾਂ ਨੇ ਉਸ ਰੋਡਵੇਜ਼ ਤਾਂ ਦਿੱਤਾ ਹੀ ਨਹੀਂ ਹੈ ਜੀ ਆ ਸਾਡੀਆਂ ਬੱਸਾਂ ਦਾ ਹਾਲ ਦੇਖ ਲਓ ਟਾਇਰਾਂ ਦਾ ਹਾਲ ਦੇਖ ਲਓ ਦਿਖਾਇਓ ਜੀ ਕਿੱਥੇ ਟਾਇਰ ਦੇਖੋ ਜੀ ਸਾਡੀ ਬੱਸ ਦੇ ਆ ਦੇਖੋ ਜੀ ਕਹਿੰਦੇ ਪੈਸੇ ਦਿੱਤੇ ਆ ਦੇਖੋ ਜੀ ਟਾਇਰਾਂ ਦਾ ਹਾਲ ਕੌਣ ਕਹਿੰਦਾ ਜੀ ਰੋਡਵੇਜ਼ ਨੂੰ ਪੈਸੇ ਦਿੱਤੇ ਆ ਫਰੰਟ ਤੇ ਸ਼ੀਸ਼ਾ ਦੇਖ ਲਓ ਜੀ ਆ ਦੇਖੋ ਜੀ ਨਵੀਂ ਬੱਸ ਹੈ ਇਹਦਾ ਸ਼ੀਸ਼ਾ ਦੇਖੋ ਜੀ ਕੌਣ ਕਹਿੰਦਾ ਜੀ ਪੈਸੇ ਦੇ ਦਿੱਤੇ ਆ ਦੇਖੋ ਜੀ ਹਾਲ ਇਹ ਸ਼ੀਸ਼ਾ ਤਾਂ ਫਿਰ ਇਦਾਂ ਲੱਗਦਾ ਜੀ ਜਿੱਦਾਂ ਸਿਸਟਮ ਨੂੰ ਸ਼ੀਸ਼ਾ ਦਿਖਾ ਰਿਹਾ ਹੋਵੇ ਇਹ ਤੁਸੀਂ ਦੇਖੋ ਜੀ ਹੁਣ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਇਹ ਸ਼ੀਸ਼ੇ ਹੈ ਇਹ ਬਿਲਕੁਲ ਲਿਫਾਫਾ ਦੇ ਦਿੱਤੇ ਔਰ ਬੱਸ ਹੈ ਬਿਲਕੁਲ ਲਿਫਾਫਾ ਹੈ ਔਰ ਸਾਡੇ ਕੋਲ ਜਿਹੜੀ ਸਵਾਰੀ ਹੈ ਆਹ ਦੇਖੋ ਜੀ ਬੱਸਾਂ ਦੇ ਵਿੱਚ ਇੱਕ ਬੱਸ ਦੀ ਸਵਾਰੀ ਹੈ ਜੀ ਇਹ ਅੱਛਾ ਜੀ ਇੰਨੀ ਆਹ ਦੇਖੋ ਜੀ ਇੱਕ ਇਹ ਮੀਟਰਾਂ ਨਾਲ ਸਵਾਰੀ ਚੜ੍ਹਦੀ ਜੀ ਸੀਟਾਂ ਨਾਲ ਨਹੀਂ ਚੜ੍ਹਦੀ ਹੁਣ ਬੇ ਸੀਟਾਂ ਦਾ 50 ਦਾ ਸਵਾਰੀਆਂ ਦਾ ਸਿਸਟਮ ਵਾ ਹੁਣ ਮੀਟਰਾਂ ਨਾਲ ਸਵਾਰੀ ਚੜ੍ਹਦੀ ਜੀ ਇਹ ਦੋਨੇ ਸਲਿੱਪ ਇੱਕ ਬੱਸ ਦੀਆਂ ਇੱਕ ਬੱਸ ਦੀਆਂ ਜੀ ਇੱਕ ਗੇੜੇ ਦੀਆਂ ਇੱਕ ਗੇੜੇ ਦੀਆਂ ਜੀ ਅੱਛਾ ਜੀ ਇਹ ਕਿੰਨੇ ਕਿਲੋਮੀਟਰ ਦਾ ਰੂਟ ਰਿਹਾ ਹੋਊਗਾ ਜਿਹਦੇ 'ਚ ਇੰਨੀਆਂ ਸਵਾਰੀਆਂ ਚੜ੍ਹ ਗਈਆਂ ਇਹ ਜੀ ਅੰਮ੍ਰਿਤਸਰ ਅਪ ਅੰਮ੍ਰਿਤਸਰ ਅਪ ਡਾਊਨ ਦਾ ਰੂਟ ਹੈ ਜੀ ਇਹ ਘੱਟੋ ਘੱਟ ਵੀ ਸਾਡੇ ਕੋਲ 800-900 ਕਿਲੋਮੀਟਰ ਦਾ ਰੂਟ ਹੈ ਜੀ ਇਹ ਜਿਹੜਾ 2 ਦਿਨਾਂ ਦੇ ਵਿੱਚ ਤੈਅ ਕੀਤਾ ਵਾ ਇਹਦੇ ਵਿੱਚ ਤੁਸੀਂ ਸਵਾਰੀਆਂ ਦੇਖ ਲਓ ਇਹ ਹੁਣ ਕਹਿੰਦੇ ਜੀ ਉਹ
ਕੱਪੜਾ ਮਿਣਨ ਵਾਲਾ ਇੰਚੀ ਟੇਪ ਲਿਆਉਣਾ ਪੈਣਾ, ਉਹਦੇ ਨਾਲੇ ਪਤਾ ਲੱਗੂਗਾ ਕਿੰਨੀਆਂ ਸਵਾਰੀਆਂ ਇਹਦੇ ਵਿੱਚ। ਸਾਡੇ ਤਾਂ ਹੱਥ ਖੜੇ ਹੋ ਚੁੱਕੇ ਆ ਬੱਸਾਂ ਦੇ, ਸਾਤੇ ਪਹਿਲਾਂ ਹੀ ਹੱਥ ਖੜੇ ਆ ਜੀ। ਸਮਾਨ ਬਿਨਾਂ ਬੱਸਾਂ ਬਾਂਝੀਆਂ, ਟਾਇਰ ਸਾਡੇ ਕੋਲ ਨਹੀਂ ਹੈ। ਔਰ ਅੰਮ੍ਰਿਤਸਰ ਰੂਟ 'ਤੇ ਹਰੇਕ ਅੱਡੇ 'ਤੇ ਇੰਸਪੈਕਟਰ ਲਾਇਆ, ਡੈਰੀ ਮਾਰਦਾ, ਸਵਾਰੀ ਕਿਉਂ ਨਹੀਂ ਚੜ੍ਹਾਉਂਦੇ ਤੁਸੀਂ, ਤੁਹਾਡੀ ਰਿਪੋਰਟ ਹੋਊਗੀ। ਉਹ ਇੱਕ ਬੱਸ ਦੇ ਵਿੱਚ ਪਹਿਲੇ 100 ਸਵਾਰੀਆਂ ਕਿੱਥੇ ਚਾਲ ਲੈਣਗੇ ਜੀ? ਉਹ ਬੱਸ ਦੇ ਪਿੱਛੇ ਬਾਈ ਟਰਾਲੀ ਦਾ ਇੰਤਜ਼ਾਮ ਕਰ ਲਓ, ਕੋਈ ਹੋਰ ਪਾ ਲਓ ਥੋੜ੍ਹੀ ਜੀ। ਜਨਾਬ ਟਰਾਲੀ ਨਾਲ ਨਹੀਂ ਗੱਲ ਬਣਨਾ, ਇਹਦੇ ਮਗਰ ਤਾਂ ਟਰਾਲੇ ਜੋੜਨੇ ਪੈਣੇ ਤਾਂ ਕਿਤੇ ਗੇਮ ਬਣੂਗੀ। ਇਹਦਾ ਲੜਾਈ ਨੂੰ ਥੋਂ ਹੈ। ਅਸੀਂ ਸਰਕਾਰ ਨੂੰ ਹੱਥ ਜੋੜਦੇ ਹਾਂ, ਅਪੀਲ ਕਰਦੇ ਹਾਂ ਵੀ ਜਿਹੜਾ ਰੋਡਵੇ ਦੇ ਵਿੱਚ ਕੱਚਾ ਕੰਮ ਹੈ ਉਹਨੂੰ ਰੈਗੂਲਰ ਕਰੋ, ਔਰ ਘੱਟ ਤੋਂ ਘੱਟ 10,000 ਬੱਸ ਨਵੀਂ ਪਾਓ। ਜੋ ਸਫ਼ਰ ਸਹੂਲਤ ਤੁਸੀਂ ਦਿੱਤੀ ਹੈ, ਅਸੀਂ ਨਹੀਂ ਕਹਿੰਦੇ ਬੇ ਲੋਕ ਇਵੇਂ ਬੱਸਾਂ ਬੱਸ ਸਟੈਂਡ 'ਤੇ ਰੋਲਣ, ਸਾਡੀਆਂ ਹੀ ਭੈਣਾਂ ਨੇ, ਸਾਡੇ ਹੀ ਭਰਾ ਨੇ, ਅਸੀਂ ਭਰਤੀ ਹੋਏ ਹੈ ਸੇਵਾ ਦੇਣ ਵਾਸਤੇ, ਭਰਤੀ ਹੋਏ ਸੇਵਾ ਕਰਾਂਗੇ, ਦਿਨ ਰਾਤ ਕਰਾਂਗੇ, ਪਰ ਸਾਡੇ ਵਾਸਤੇ ਸਟਾਪ ਔਰ ਬੱਸਾਂ ਇਹ ਨਵੀਆਂ ਪਾਈਆਂ ਜਾਣ, ਘੱਟ ਤੋਂ ਘੱਟ 10,000 ਬੱਸ ਪਾਈ ਜਾਵੇ, ਔਰ ਉਹਦੇ ਵਾਸਤੇ ਸਟਾਫ ਵੀ ਪੱਕਾ ਭਰਤੀ ਕੀਤਾ ਜਾਵੇ। ਭਗਵੰਤ ਮਾਨ ਜੀ ਨੇ ਸੱਤਾ 'ਚੋਂ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀਗਾ, ਸਾਡੇ ਵਿੱਚ ਹੜਤਾਲਾਂ ਦੇ ਵਿੱਚ ਆ ਕੇ ਬੈਠੇ ਸੀ, ਕਹਿੰਦਾ ਵੀ ਸਾਨੂੰ ਵੋਟਾਂ ਪਾਓ, ਸਾਡੀ ਸਰਕਾਰ ਆਲਣ ਦਿਓ। ਜਿੱਦਣ ਸਾਡੀ ਸਰਕਾਰ ਆਈ ਪਹਿਲੀ ਕੈਬਨਿਟ ਦੇ ਵਿੱਚ ਤੁਹਾਨੂੰ ਮੈਂ ਰੈਗੂਲਰ ਕਰਾਂਗਾ, ਪਰ ਇੱਕ ਸਾਲ ਲੰਘ ਚੁੱਕਿਆ, ਸਰਕਾਰ ਦੀ ਕੰਨ 'ਤੇ ਜੂ ਨਹੀਂ ਸਰਕੀ ਵੀ ਉਹ ਕਿੱਥੇ ਗਏ ਨੇ ਜਿਹੜਿਆਂ ਨਾਲ ਅਸੀਂ ਵਾਅਦੇ ਕਰੇ ਆ। ਜਿਹੜੇ ਵਾਅਦੇ ਤੁਹਾਡੇ ਨਾਲ ਕੀਤੇ ਸੀ ਉਹ ਪੂਰੇ ਨਹੀਂ ਹੋਏ, ਕੁਛ ਕੀਤੇ ਵੀ ਸੀ, ਪਹਿਲਾਂ ਤੁਸੀਂ ਪ੍ਰਦਰਸ਼ਨ ਕੀਤਾ, ਫਿਰ ਤੁਹਾਡਾ ਕੋਈ ਹੋਇਆ ਤਾਂ ਸੀਗਾ ਕੋਈ ਗੱਲਬਾਤ, ਉਹਦੇ 'ਚ ਕੀ ਕੁਝ ਹੋਇਆ ਸੀ? ਕੋਈ 30% ਵਧਾਇਆ ਸੀ ਤੁਹਾਡਾ ਸ਼ਾਇਦ? ਦੇਖੋ 30% ਦਾ ਵਾਧਾ ਹੋਇਆ ਸੀ ਸਾਡਾ, ਇੱਕ 5% ਦੀ ਐਗਰੀਮੈਂਟ ਸੀ, ਉਹ 10ਵੇਂ ਮਹੀਨੇ 'ਚ ਲੱਗਣੀ ਸੀ। ਅੱਛਾ ਜੀ। ਉਹ ਵੀ ਸਰਕਾਰ ਨੇ ਨਹੀਂ ਲਾਈ। ਅੱਛਾ। ਉਹ ਵੀ ਬਿਲਕੁਲ ਸਰਕਾਰ ਮੁੱਕਰ ਗਈ ਵੀ ਨਹੀਂ ਲਾਣੀ। ਅਸੀਂ ਸਰਕਾਰ ਨੂੰ ਇਹ ਕਹਿੰਦੇ ਹਾਂ ਵੀ ਦੇਖੋ ਤੁਸੀਂ ਸਾਡੇ ਨਾਲ ਜਿਹੜੇ ਵਾਅਦੇ ਕਰੇ ਆ ਉਹ ਤਾਂ ਪੂਰੇ ਕਰ ਦਿਓ, ਠੀਕ ਹੈ ਜੀ। ਕਿਆ ਇੱਕ ਹਰਿਆਣੇ ਦੇ ਵਿੱਚ ਜਿਹੜਾ 2016 ਐਕਟ ਸੀਗਾ ਉਹਦੇ ਵਿੱਚ 1200-1400 ਬੰਦਾ ਜੋ ਕੰਟਰੈਕਟ 'ਤੇ ਆਇਆ ਸੀਗਾ, ਸਰਕਾਰ ਹਰਿਆਣੇ ਦੇ ਵਿੱਚ 2 ਸਾਲ ਦਾ ਐਗਰੀਮੈਂਟ ਹੁੰਦਾ ਜੋ 2 ਸਾਲ ਦੇ ਵਿੱਚ ਉਹਨੂੰ ਰੈਗੂਲਰ ਕੀਤਾ ਜਾਂਦਾ, ਔਰ ਹਿਮਾਚਲ ਦੇ ਵਿੱਚ ਹੈ ਉਹ ਵੀ 2 ਸਾਲ ਦੇ ਵਿੱਚ ਉਹਨੂੰ ਰੈਗੂਲਰ ਕਰ ਦਿੰਦੇ ਆ। ਸਾਡੇ ਮੁੰਡਿਆਂ ਨੂੰ 7-7 ਸਾਲ ਹੋ ਗਏ ਜੀ, 8ਵਾਂ ਸਾਲ ਲੱਗ ਗਿਆ, ਪਰ ਉਹ ਸਰਕਾਰ ਨਹੀਂ ਪੁੱਛਦੀ ਵੀ ਤੁਸੀਂ ਕਿਹਦੇ ਪੁੱਤ ਹੈ, ਕਿਹਦੇ ਭਰਾ ਹੈ, ਕਿਹਦੇ ਆਦਮੀ ਹੈ। ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਪੰਨ ਬੱਸ ਦੇ ਵਿੱਚ ਕਰਜ਼ਾ ਮੁਕਤ ਬੱਸਾਂ ਨੇ ਉਹਨਾਂ ਨੂੰ ਤੁਸੀਂ ਰੋਡਵੇ ਦੇ ਵਿੱਚ ਮਰਜ ਕਰੋ, ਸਮੇਤ ਸਟਾਪ ਮਰਜ ਕਰੋ, ਔਰ ਅਸੀਂ ਸੇਵਾ ਸਾਡੀਆਂ ਭੈਣਾਂ ਨੇ ਬਹੁਤ ਵਧੀਆ ਸੇਵਾ ਅਸੀਂ ਕਰਾਵਾਂਗੇ, ਜਿੱਥੇ ਕੋ ਕਹੂਗਾ ਉੱਥੇ ਲਾਵਾਂਗੇ, ਜਿੱਥੇ ਕੋ ਕਹੂਗਾ ਉੱਥੇ ਚੜ੍ਹਾਵਾਂਗੇ ਜੀ। ਤੁਸੀਂ ਕਹਿੰਦੇ ਹੋ ਵੀ ਸਾਨੂੰ ਤਾਂ ਰੋਜ਼ ਲੜਨਾ ਪੈਂਦਾ ਇਹਨਾਂ ਦੇ ਨਾਲ, ਸਵਾਰੀਆਂ ਦੇ ਨਾਲ, ਜਿੰਨੀ ਸਵਾਰੀ ਤੁਸੀਂ ਲੰਮੀਆਂ ਲਿਸਟਾਂ ਚੱਕੀ ਫਿਰਦੇ ਹੋ ਜੀ ਵੀ ਜਿਹੜਾ ਹੈਗਾ 200 ਕਿਲੋਮੀਟਰ ਦੇ ਸਫ਼ਰ ਦੇ ਵਿੱਚ ਇੰਨੀ ਸਵਾਰੀ ਚੜ੍ਹਦੀ ਆ, ਤਾਂ ਫਿਰ ਤੁਹਾਨੂੰ ਕੋਈ ਮੈਡੀਟੇਸ਼ਨ ਦਾ ਵੀ ਪ੍ਰੋਗਰਾਮ ਇੱਥੇ ਬਣਾਇਆ ਹੋਇਆ ਵੀ ਸਵੇਰੇ ਸਵੇਰੇ ਸਾਰੇ ਕੰਡਕਟਰਾਂ ਨੂੰ ਮੈਡੀਟੇਸ਼ਨ ਕਰਵਾਈ ਜਾਂਦੀ ਆ ਵੀ ਭਾਈ ਤੁਹਾਡਾ ਦਿਮਾਗ ਸੰਤੁਲਿਤ ਰਹੇ, ਇਹੋ ਜਿਹੇ ਪ੍ਰੋਗਰਾਮ ਵੀ ਚਲਾਏ ਜਾਂਦੇ ਕੋਈ? ਦੇਖੋ ਸਾਡੇ 'ਤੇ ਇੰਨੀ ਸਵਾਰੀ ਚੜ੍ਹਦੀ ਹੈ, ਜਦੋਂ ਇੰਨੀ ਸਵਾਰੀ ਕੰਡਕਟਰ ਟਿਕਟਾਂ ਕੱਟ ਕੇ ਆਉਂਦਾ ਜੀ ਡਰਾਈਵਰ ਨੂੰ ਮੈਡਲ ਮਿਲਦਾ ਜੀ, ਜਦੋਂ ਉਹਦੀ ਤੇਲ ਜ਼ਿਆਦਾ ਪੈਂਦਾ ਨਾ ਜੀ ਤਾਂ ਉਹਦੀ ਜੇਬ ਦੇ ਵਿੱਚੋਂ ਪੈਸੇ ਕੱਟੇ ਜਾਂਦੇ ਜੀ ਡਰਾਈਵਰ ਦੀ ਚੋਂ। ਅੱਛਾ ਜੀ। ਹਾਂਜੀ, ਜੇ 10 ਲੀਟਰ ਤੇਲ ਫਾਲਤੂ ਪੈ ਗਿਆ ਤਾਂ ਗੱਡੀ ਨੇ 15,000 ਰੁਪਈਆ ਫਾਲਤੂ ਲੈ ਕੇ ਆਉਂਦਾ ਵੱਟ ਕੇ, ਜੇ ਉਹ 10 ਲੀਟਰ ਤੇਲ ਫਾਲਤੂ ਪੈ ਗਿਆ ਉਹ 10 ਲੀਟਰ ਦੇ ਪੈਸੇ ਡਰਾਈਵਰ ਦੀ ਜੇਬ 'ਚੋਂ ਕੱਟ ਹੋਣੇ ਨੇ, ਉਹ ਪੈਸੇ ਜਾਣੇ ਸਰਕਾਰ ਦੇ ਖਾਤੇ 'ਚ ਔਰ ਪੈਸੇ ਕੱਟ ਹੋਣੇ ਡਰਾਈਵਰ ਦੇ ਖਾਤੇ 'ਚੋਂ। ਸਲਿੱਪ ਕੋਈ ਨਹੀਂ, ਸਰਕਾਰੀ ਰਸੀਦ ਕੋਈ ਨਹੀਂ ਹੈ, ਉਹਨਾਂ ਦੀ ਤਨਖਾਹ ਦੇ ਵਿੱਚੋਂ ਪੈਸੇ ਕੱਟ ਹੋ ਜਾਂਦੇ ਆ। ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਸਫ਼ਰ ਸਹੂਲਤ ਹੈ, ਓਵਰਲੋਡ ਗੱਡੀਆਂ ਚੱਲਦੀਆਂ, ਉਹਦੀ KPL ਜੋ ਕੰਪਨੀ ਕਹਿ ਰਹੀ ਹੈ ਵੀ ਕੋਈ KPL ਨਹੀਂ ਹੈ, ਕੰਪਨੀ ਬਿਲਕੁਲ 84 ਦੀ ਮਨਾ ਕਰ ਰਹੇ ਆ, ਉਹਦੇ ਉੱਪਰ ਬਾਡੀ ਵੀ ਲੱਗਦੀ ਹੈ, ਬਾਡੀ ਦੇ ਉੱਪਰ ਸਵਾਰੀ ਵੀ 100+ ਬੈਠਦੀ ਹੈ, ਉਹ ਗੱਡੀ ਕਿੱਥੋਂ KPL ਦੇ ਦੇਵੇ? ਅਫਸਰ ਸਾਨੂੰ ਝਿੜਕਾਂ ਮਾਰਦੇ ਜੀ, ਤੇਰੀ KPL ਨਾ ਆਈ ਤੇਰਾ ਰੂਟ ਚੇਂਜ ਕਰ ਦਿਆਂਗੇ, ਔਰ ਸਾਨੂੰ ਰੋਟੀ ਖਾਣ 'ਤੇ ਵੀ ਸਾਨੂੰ ਢਾਬਿਆਂ ਨੂੰ ਪੁੱਛਣਾ ਪੈਂਦਾ ਵੀ ਅਸੀਂ ਕਿਹੜੇ ਢਾਬੇ 'ਤੇ ਖੜੀਏ, ਜੇ ਢਾਬੇ 'ਤੇ ਖੜ ਗਈ BTS ਦੀ ਰਿਪੋਰਟ ਆਜੂਗੀ ਵੀ ਆ ਢਾਬੇ 'ਤੇ ਤੇਰੀ ਗੱਡੀ 20 ਮਿੰਟ ਖੜੀ, ਕਾਹਦੇ ਵਾਸਤੇ ਖੜੀ? ਜਦ ਅਸੀਂ ਦੱਸੀਦਾ ਵੀ ਜਨਾਬ ਰੋਟੀ ਖਾਣ ਨੂੰ, ਤੂੰ ਕਿਹਦੀ ਪਰਮਿਸ਼ਨ ਲਈ ਰੋਟੀ ਖਾਣ ਨੂੰ? ਇਹ ਸਾਨੂੰ ਸਵਾਲ ਜਵਾਬ ਹੁੰਦੇ, ਔਰ ਉੱਤੋਂ ਤੋਂ ਸਾਡੇ ਰੂਟ ਚੇਂਜ ਕਰ ਦਿੱਤੇ ਜਾਂਦੇ ਵੀ ਆਹ ਰੂਟ 'ਤੇ ਨਹੀਂ ਇਹਨੂੰ ਭੇਜਣਾ, ਇਹਨੇ ਆਹ ਢਾਬੇ 'ਤੇ ਰੋਟੀ ਖਾ ਲਈ। ਇਹ ਕਿਹੜਾ ਗੁਨਾਹ ਕਰਤਾ ਜੀ? ਇੱਕ ਡਰਾਈਵਰ ਕੰਡਕਟਰ 2:30-3 ਵਜੇ ਉੱਠ ਕੇ
ਰੂਟ ਤੇ ਟਾਈਮ ਚੁੱਕਦਾ ਰਾਤ ਨੂੰ 9-10 ਵਜੇ ਉਹ ਆਪਣੀ ਮੰਜ਼ਿਲ ਤੇ ਪਹੁੰਚਦਾ ਉਹ ਰੋਟੀ ਪਾਣੀ ਦੱਸੋ ਜੀ ਕਿੱਥੇ ਖਾਊਗਾ 2:30-3 ਵਜੇ ਘਰ ਤੋਂ ਚੱਲਣਾ ਉਹ ਰੋਟੀ ਪਾਣੀ ਤਾਂ ਘਰ ਤੋਂ ਤਾਂ ਲੈ ਕੇ ਨਹੀਂ ਆਊਗਾ ਰਸਤੇ 'ਚ ਕਿਤੇ ਤਾਂ ਖਾਊਗਾ ਜੀ ਉਹਨੂੰ ਰੋਟੀ ਪਾਣੀ ਖਾਣ ਵਾਸਤੇ ਵੀ ਪਰਮਿਸ਼ਨ ਲੈਣੀ ਪੈਂਦੀ ਜੀ ਬਾਈ ਜਿੰਨਾ ਤੁਸੀਂ ਕੰਡਕਟਰ ਹੋ ਕਿ ਡਰਾਈਵਰ ਹੋ ਜੀ ਮੈਂ ਕੰਡਕਟਰ ਹਾਂ ਜਿੰਨਾ ਤੁਸੀਂ ਰੋਜ਼ ਝਗੜਦੇ ਆ ਤੁਹਾਡਾ ਸੁਭਾਅ ਮੈਨੂੰ ਲੱਗਦਾ ਉਹਦੇ ਚੜਚੜਾ ਹੋ ਗਿਆ ਹੋਣਾ ਹੁਣ ਤੱਕ ਸਾਰੇ ਜੇ ਕੋਈ ਸ਼ੱਕ ਨਹੀਂ ਹੈ ਵੀ ਸਵਾਦ ਚਿੜਚਿੜਾ ਨਹੀਂ ਹੋਇਆ ਕਿਉਂ ਸਾਰੀ ਦਿਹਾੜੀ ਸਵਾਰੀ ਨਾਲ ਖੱਜਲ ਖੁਆਰੀ ਫਰਜ ਕਰੋ ਜੇ ਕਿਸੇ ਲੇਡੀ ਨਾਲ 5 ਸਾਲ ਦਾ ਜਵਾਕ ਆ ਉਹਦੇ ਕੋਲ ਆਧਾਰ ਕਾਰਡ ਨਹੀਂ ਹੈਗਾ ਤਾਂ ਉਹਦੇ ਨਾਲ ਵੀ ਸਾਨੂੰ ਬਹਿਸ ਬਸਈਆ ਕਰਨਾ ਪੈਂਦਾ ਜੇ ਉਹਨੂੰ ਕਹਿੰਦੇ ਵੀ ਭਾਈ ਇਹਦੀ ਅੱਧੀ ਟਿਕਟ ਲੈ ਲਾ ਤਾਂ ਉਹ ਕਹਿੰਦੀ ਹੈ ਵੀ ਸਰਕਾਰ ਨੇ ਫਰੀ ਕਰਿਆ ਤੁਹਾਡੇ ਕਿਹੜੇ ਘਰ ਦੀ ਬੱਸ ਆ ਤੁਹਾਨੂੰ ਇਹ ਨਹੀਂ ਪੁੱਛਦੇ ਤੁਹਾਡਾ ਢਿੱਡ ਦੁਖਦਾ ਢਿੱਡ ਦੁਖਦਾ ਇੱਥੇ ਤੱਕ ਵੀ ਜਾਂਦੇ ਵੀ ਤੁਹਾਡੇ ਕਿਹੜੇ ਬਾਪ ਦੀ ਬੱਸ ਆ ਇਹ ਸਾਡੀ ਤਾਂ ਵੀਰੇ ਕੋਈ ਇੱਜ਼ਤ ਨਹੀਂ ਰਹਿ ਗਈ ਹੁਣ ਜਿੱਥੇ ਤੱਕ ਸਾਨੂੰ ਚੱਲ ਰਿਹਾ ਨਾ ਸਿਸਟਮ ਸਰਕਾਰ ਨੇ ਫਰੀ ਕਰਿਆ ਚਲੋ ਅਸੀਂ ਮੰਨਦੇ ਹਾਂ ਵੀ ਵਧੀਆ ਕਰਿਆ ਜੋ ਇਹਨਾਂ ਨੇ 497 ਕਰੋੜ ਦਾ ਬਜਟ ਰੱਖਿਆ ਉਹਦੇ ਅਗੇਂਸਟ ਸਾਨੂੰ ਵੀ ਚਾਹੀਦਾ ਤਾਂ ਵੀ ਸਰਕਾਰ ਨੂੰ ਚਾਹੀਦਾ ਤਾਂ ਵੀ ਇਹ ਵਰਕਰ 14-14 ਸਾਲ ਤੋਂ ਕੰਮ ਕਰ ਰਹੇ ਆ ਇਹਨਾਂ ਦਾ ਵੀ ਅਸੀਂ ਸੋਚਣਾ ਕੁਛ ਜਾਂ ਪਬਲਿਕ ਫਰੀ ਕਰੀ ਆ ਉਹਨਾਂ ਨੂੰ ਵੀ ਅਸੀਂ ਸਹੂਲਤ ਦੇਣੀ ਆ ਹੁਣ ਬੱਸਾਂ ਦਾ ਤਾਂ ਤੁਹਾਡੇ ਸਾਹਮਣੇ ਸਾਡੇ ਪ੍ਰਧਾਨ ਜੀ ਦੱਸ ਚੁੱਕੇ ਆ ਵੀ ਕਿਆ ਹਾਲ ਆ ਠੀਕ ਆ ਇਹ ਅੰਮ੍ਰਿਤਸਰ ਰੂਟ ਦੀ ਦਿਖਾ ਕੇ ਹਟਿਆ ਤੁਹਾਨੂੰ ਰਸੀਟ ਆ ਹਜੇ ਲੋਕਲ ਦੀ ਆ ਜੀ ਇਹ ਆ ਮੁੰਡੇ ਨੇ ਡਿਟੇਲ ਵੀ ਕੱਢੀ ਆ ਜੀ 162 ਸਵਾਰੀਆਂ ਜੋ ਚੜਾ ਚੁੱਕੇ ਆ ਉਹ ਅੱਛਾ ਜੀ ਤੇ ਬਾਕੀ ਰੋਜ਼ਾਨਾ ਲੜਾਈ ਝਗੜਾ ਦਾ ਤਾਂ ਆਮ ਨੋਰਮਲ ਗੱਲਾਂ ਹੋ ਗਈਆਂ 162 ਸਵਾਰੀਆਂ ਜੇ ਹੁਣ ਚੜ੍ਹਦੀਆਂ ਰੈਗੂਲਰ ਇੱਕ ਡੈਸਟੀਨੇਸ਼ਨ ਤੋਂ ਲਾਸਟ ਵਾਲੇ ਡੈਸਟੀਨੇਸ਼ਨ ਤੱਕ ਜਾਂਦੀਆਂ ਜਾਂ ਫਿਰ ਰਸਤੇ ਉਤਰਦੀਆਂ ਚੜ੍ਹਦੀਆਂ ਵੀ ਰਹਿੰਦੀਆਂ ਜਿੰਨੀਆਂ ਕੁ ਉਤਰਦੀਆਂ ਉਨੀਆਂ ਕੁ ਚੜ੍ਹੀ ਜਾਂਦੀਆਂ ਫਰਜ਼ ਕਰੋ ਜੇ 4 ਉਤਰ ਗਈਆਂ ਤਾਂ ਅਗਾਂਹ 6 ਚੜ੍ਹਨੇ ਵਾਲੀਆਂ ਖੜੀਆਂ ਬਸ ਲੱਦੀ ਦੀ ਲੱਦੀ ਰਹਿੰਦੀ ਆ ਲੱਦੀ ਦੀ ਲੱਦੀ ਰਹਿੰਦੀ ਆ ਜੀ ਹਾਂ ਲੱਦੀ ਦੀ ਲੱਦੀ ਰਹਿੰਦੀ ਆ ਬਸ ਤੇ ਘਰਾਂ ਦੇ ਵਿੱਚ ਵੀ ਫਿਰ ਕੋਈ ਕਲੇਸ਼ ਪੈ ਗਏ ਤੁਹਾਡਿਆਂ ਤੇ ਹੁਣ ਕੋਈ ਮਾੜਾ ਮੋਟਾ ਵੀ ਜਿੱਦਾਂ ਜੜ ਸਾਰੀ ਦਿਹਾੜੀ ਲੜ ਕੇ ਜਾਓਗੇ ਉੱਥੇ ਜਾ ਕੇ ਤਾਂ ਨਹੀਂ ਤੁਸੀਂ ਪਿੱਟ ਸਿਆਪਾ ਕਰਦੇ ਘਰ ਉਹਨਾਂ ਨੂੰ ਵੀ ਕਿਤੇ ਉੱਥੇ ਵਿਸਲਾ ਮਾਰੀ ਜਾਂਦੇ ਹੋ ਜਾ ਕੇ ਸਰ ਦੇਖੋ ਇਹ ਆਮ ਨੋਰਮਲ ਗੱਲ ਆ ਜਦੋਂ ਨਾ ਬੰਦਾ ਹੁਣ ਅਸੀਂ ਸਵੇਰੇ ਤੜਕੇ 3 ਵਜੇ ਤੋਂ ਘਰ ਤੋਂ ਨਿਕਲ ਜਾਂਦੇ ਹਾਂ ਰਾਤੀ ਅਸੀਂ 7 ਵਜੇ 8 ਵਜੇ 9 ਵਜੇ ਘਰ ਵੜਦੇ ਹਾਂ ਜਾ ਕੇ ਜਦੋਂ ਸਾਰੀ ਦਿਹਾੜੀ ਬੰਦੇ ਦਾ ਦਿਮਾਗ ਇੱਕੋ ਪਾਸੇ ਨੂੰ ਲੜਾਈ ਹਰੇਕ ਤੀਵੀਂ ਨਾਲ ਕੋਈ ਬੱਚੇ ਦੀ ਟਿਕਟ ਲੈਣ ਪਿੱਛੇ ਜਾਂ ਕੋਈ ਆਧਾਰ ਕਾਰਡ ਪਿੱਛੇ ਜਾਂ ਕੋਈ ਫੋਟੋ ਕਾਪੀ ਫੋਨ 'ਚ ਫੋਟੋ ਦਿਖਾਈ ਜਾਂਦੀ ਆ ਵੀ ਹਾਂ ਮੇਰਾ ਫੋਨ 'ਚ ਆਧਾਰ ਕਾਰਡ ਆ ਤੁਸੀਂ ਚਲਾ ਨਹੀਂ ਰਹੇ ਇਹਨੂੰ ਹੁਣ ਉਹਦੇ ਕਰਕੇ ਜਿਕਣਾ ਬੰਦਾ ਡਿਪਰੈਸ਼ਨ 'ਚ ਤਾਂ ਰਹਿੰਦਾ ਹੀ ਆ ਜੀ ਉਹੀ ਹਾਲ ਹੁਣ ਘਰ ਜਾ ਕੇ ਵੀ ਹੁੰਦਾ ਹੀ ਆ ਵੀ ਹਾਂ ਸਗੋਂ ਘਰਦੇ ਵੀ ਕਹਿੰਦੇ ਆ ਵੀ ਹਾਂ ਤੁਸੀਂ ਸਾਰੀ ਦਿਹਾੜੀ ਬਾਹਰ ਲੜਕੇ ਹੁਣ ਸਾਡੇ ਨਾਲ ਆ ਕੇ ਸ਼ਾਮ ਨੂੰ ਬਹਿਸਬਾਜ਼ੀ ਹੁੰਦੀ ਆ ਸਰ ਬਿਲਕੁਲ ਸੋ ਹਾਲਾਤ ਦੱਸੇ ਆ ਕਿ ਕਿਸ ਤਰ੍ਹਾਂ ਦੇ ਬਣੇ ਕਿਉਂਕਿ ਜਦੋਂ ਕੋਈ ਚੀਜ਼ ਕੋਈ ਸਿਸਟਮ ਚਲਾਇਆ ਜਾਂਦਾ ਉਹਦੇ ਲਾਭ ਵੀ ਹੁੰਦੇ ਹਾਨੀਆਂ ਵੀ ਹੁੰਦੀ ਆ ਹਰੇਕ ਚੀਜ਼ ਦੇ ਕੁਝ ਸਾਈਡ ਇਫੈਕਟ ਵੀ ਹੁੰਦੇ ਆ ਇਹ ਕਹਿੰਦੇ ਭਾਈ ਸਾਡੇ ਇਹ ਵੀ ਦੇਖ ਲਓ ਸਾਈਡ ਇਫੈਕਟ ਕੀ ਆ ਠੀਕ ਆ ਤੁਸੀਂ ਸਕੀਮਾਂ ਚਲਾਈਆਂ ਹੈ ਰੋਡਵੇਜ਼ ਚੱਲ ਕਿਸ ਤਰ੍ਹਾਂ ਆਈ ਅਤੇ ਹੱਲ ਪੁੱਛ ਲਓ ਅਸੀਂ ਬੜੇ ਬੇਬਸ ਹੋ ਗਏ ਸਾਡੀ ਬੱਸ ਹੋਈ ਪਈ ਆ ਬੱਸਾਂ ਦੀ ਬੱਸ ਹੋਈ ਪਈ ਆ ਸਾਡੇ ਕੋਲ ਟਾਇਰ ਮਾੜੇ ਆ ਸਾਡੇ ਦੇਖੋ ਸ਼ੀਸ਼ੇ ਇਹਨਾਂ ਨੇ ਹਾਲਾਤ ਦਿਖਾਏ ਆ ਕਿ ਇਹ ਤੜਕੇ ਪਈ ਇਹਨਾਂ ਦਾ ਕੁਝ ਕਰ ਦਿਓ ਸਾਫ ਸੁਫ ਤੁਸੀਂ ਕਿੱਦਾਂ ਕਰਦੇ ਬੱਸਾਂ ਕਹਿੰਦੇ ਲਿਸ਼ਕਾ ਕੇ ਰੱਖਦੇ ਹੁੰਦੇ ਇਹ ਤਾਂ ਡਰਾਈਵਰ ਤਾਂ ਕੱਪੜਾ ਮਾਰਦਾ ਨਹੀਂ ਥੱਕਦਾ ਸ਼ੀਸ਼ੇ ਤੋਂ ਜੀ ਸਰ ਇਹ ਤੁਹਾਨੂੰ ਹੁਣ ਅਸੀਂ ਦੱਸ ਦਿੰਦੇ ਹਾਂ ਤੁਸੀਂ ਆਹ ਗੱਲ ਪੁੱਛੀ ਆ ਚਲੋ ਬਹੁਤ ਵਧੀਆ ਪੁੱਛੀ ਇਹ ਗੱਲ ਤੁਸੀਂ ਸਰ ਇਹ ਬੱਸ ਸਾਫ਼ ਕਰਨ ਦੀ ਵੀ ਜ਼ਿੰਮੇਵਾਰੀ ਡਰਾਈਵ ਕੰਡਕਟਰ ਦੀ ਆ ਜੇ ਇਹ ਫਰਜ਼ ਕਰੋ ਡਿਪੂ 'ਚ ਐਂਟਰ ਹੋ ਗਈ ਨਾ ਗੱਡੀ ਸਾਡੇ ਸਵੀਪਰ ਵੀ ਰੱਖੇ ਹੈਗਾ ਸਵੀਪਰ ਵੀ ਪਰ ਉਹ ਸਵੀਪਰ ਲੱਭਦਾ ਹੀ ਨਹੀਂ ਸਾਨੂੰ 4 ਦਿਨ ਬਾਅਦ ਗੱਡੀ ਬੰਦ ਹੋਣੀ ਆ ਇਹ ਜੇ ਤੁਸੀਂ ਨਹੀਂ ਯਕੀਨ ਤਾਂ ਤੁਸੀਂ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਮੈਂ ਵਿੱਚ ਇੱਕ ਵਾਰੀ ਜ਼ਰੂਰ ਝਾਤੀ ਮਰਾਵੇ ਵੀ ਇਹ ਸਾਨੂੰ ਆਪ ਜਾ ਕੇ ਧੋਣੀ ਪੈਣੀ ਆ ਹੁਣ ਆਪ ਧੋ ਕੇ ਵਿੱਚ ਤੇ ਸਾਫ਼ ਕਰਕੇ ਝਾੜੂ ਲਾ ਕੇ ਸੀਟਾਂ ਸਾਫ਼ ਕਰਕੇ ਤਾਂ ਅਸੀਂ ਵੀਰੇ ਘਰ ਨੂੰ ਜਾਣਾ ਸ਼ਾਮ ਨੂੰ 7 ਵਜੇ ਇਹ ਸ਼ੀਸ਼ੇ ਹੱਥਾਂ 'ਚ ਨਹੀਂ ਵੱਜਦੇ ਜਦੋਂ ਕਾਹਦੇ ਨਾਲ ਸਾਫ਼ ਕਰਦੇ ਇਹਨਾਂ ਨੂੰ ਫਿਰ ਤੁਸੀਂ ਵੀਰੇ ਇਹਨੂੰ ਕੱਪੜੇ ਨਾਲ ਬਹੁਤ ਹੌਲੀ ਹੌਲੀ ਸਾਫ਼ ਕਰਦੇ ਹਾਂ ਅਸੀਂ ਇਹ ਭੁਰ ਭੁਰ ਕੇ ਨਾ ਸਾਡੇ ਡਰਾਈਵਰ ਸਾਹਿਬ ਇਹਨਾਂ ਨੂੰ ਸਗੋਂ ਮੈਂ ਖੁਦ ਡਾਕਟਰ ਤੋਂ ਦਵਾਈ ਦਵਾਈ ਇਹਨਾਂ ਦੀ ਅੱਖ 'ਚ ਕਚਰਾ ਪੈ ਗਿਆ ਸੀਗਾ ਇਹ ਸ਼ੀਸ਼ੇ ਦੇ ਭੁਰਕੇ ਸ਼ੀਸ਼ੇ ਦਾ ਭੁਰਕੇ ਇਹ 3 ਦਿਨ ਮੈਂ ਇਹਨਾਂ ਦੀ ਆਪ ਅੱਖਾਂ 'ਚ ਦਵਾਈ ਪਾਉਂਦਾ ਰਿਹਾ ਵੀ ਬਾਰ ਬਾਰ ਅਸੀਂ SPA ਸਾਹਿਬ ਨੂੰ ਵੀ ਕਹਿ ਚੁੱਕੇ ਹਾਂ ਵੀ ਇਹਦੇ ਸ਼ੀਸ਼ੇ ਬਦਲਾ ਦਿਓ ਵੀ ਅੱਖਾਂ 'ਚ ਭੁਰਕੇ ਪੈਂਦੇ ਆ ਪਰ ਕੋਈ ਅੰਦਰੋਂ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਚੱਲ ਰਹੀ ਬਸ ਟਾਵਾਂਡੋਲਾ ਬਸ ਟਾਲ ਮਟੋਲਾ ਕਹਿ ਲਓ ਤਾਂ ਬਿਲਕੁਲ ਹੁਣ ਇਹਨਾਂ ਬੱਸਾਂ ਨੂੰ ਕਿਹੜੇ ਹਸਪਤਾਲ ਦੇ ਵਿੱਚ ਇਹ ਲੋਕ ਲੈ ਕੇ ਜਾਣ ਜਿੱਥੇ ਇਹਨਾਂ ਦਾ ਕੁਝ ਹੋ ਜਾਵੇ ਵਰਕਸ਼ਾਪਾਂ 'ਚ ਹੈ ਕੋਈ ਹਿਸਾਬ ਕਿਤਾਬ ਇਹਨਾਂ ਦਾ ਵੀ ਸਰਕਾਰੀ ਹਸਪਤਾਲ ਵਾਲਾ ਹਾਲ ਤਾਂ ਨਹੀਂ ਹੈਗਾ ਸਰ ਇਹ ਸਰਕਾਰੀ ਹਸਪਤਾਲ ਵਾਲਾ ਹੀ ਕੰਮ ਹੋ ਗਿਆ ਵਰਕਸ਼ਾਪ 'ਚ ਜਿੱਥੇ ਗੱਡੀ ਖੜਾ ਤੀ ਬਾ ਉੱਥੇ ਹੀ ਖੜੀ ਰਹਿਣੀ ਆ ਕੱਲ੍ਹ ਨੂੰ ਆ ਕੇ ਜਦੋਂ ਚੱਕਣੀ ਆ ਤਾਂ ਅਸੀਂ ਉੱਥੇ ਹੀ ਜੇ ਕੱਢਣੀ ਆ ਕੋਈ ਸਫਾਈ ਨਹੀਂ ਕੋਈ ਕੁਛ ਨਹੀਂ ਸਵਾਰੀ ਕੋਈ ਬੱਚਾ ਚਲੋ ਜਵਾਕ ਆ ਉਹਨੂੰ ਉਲਟੀ ਆ ਗਈ ਕੋਈ ਵਿੱਚੇ ਕਰ ਦਿੰਦਾ ਤਾਂ ਉਹਦੇ ਵਾਸਤੇ ਕੋਈ ਅੰਦਰ ਸਾਫ਼ ਸਫਾਈ ਦਾ ਪ੍ਰਬੰਧ ਨਹੀਂ ਹੈਗਾ ਨਾ ਬੰਦਾ ਸਾਡੇ ਧੋਣੇ ਵਾਲਾ ਕੋਈ ਡੱਗ ਪਰ ਨਾ ਕੋਈ
ਝਾੜੂ ਲਾਉਣ ਵਾਲਾ ਉਲਟੀਆਂ ਸਿੱਧੀਆਂ ਸਭ ਤੁਹਾਡੇ ਪੱਲੇ ਹੀ ਆ ਸਭ ਸਾਡੇ ਪੱਲੇ ਹੀ ਹੁਣ ਸਰ ਅਸੀਂ ਤਾਂ ਵਿੱਚ ਵੀ ਕਈ ਵਾਰੀ ਵਿੱਚ ਵੀ ਪੈਣਾ ਹੁੰਦਾ ਜਿੱਦਾਂ ਗੱਡੀ ਸ਼ੁਰੂ ਕਰਦੇ ਹਾਂ ਰਾਤ ਨੂੰ ਲੇਟ ਹੋ ਜਾਂਦੀ ਹੈ 9-10 ਵਜੇ ਵੜਦੀ ਆ ਫਿਰ ਅਸੀਂ ਵਿੱਚ ਵੀ ਰਹਿਣਾ ਹੁੰਦਾ ਏ ਉਹ ਅੰਦਰੋਂ ਸਮੈਲ ਆ ਕੇ ਉਹ ਸਾਨੂੰ ਸਗੋਂ ਉਲਟਾ ਬਿਮਾਰੀ ਦਾ ਡਰ ਬਣਿਆ ਰਹਿੰਦਾ ਸਰਦਾਰ ਸਾਹਿਬ ਹੁਣ ਸਵਾਰੀਆਂ ਬੱਸ ਦੇ ਵਿੱਚ ਚੜ੍ਹ ਰਹੀਆਂ ਹੈ ਤਾਂ ਇਹ ਫਿਰ ਘਾਟਾ ਕਿੱਦਾਂ ਪੈਂਦਾ ਇੰਨੀ ਤਾਂ ਸਵਾਰੀ ਪਹਿਲਾਂ ਇਹ ਦੇਖੋ ਬੱਸ ਵੀ ਲੱਗਣ ਨਹੀਂ ਦਿੰਦੀ ਸਵਾਰੀ ਕਾਊਂਟਰ ਤੇ ਕੋਈ ਟਾਇਰ ਥੱਲੇ ਆ ਕੇ ਮਰ ਗਿਆ ਕੌਣ ਜ਼ਿੰਮੇਵਾਰ ਹੈ ਜੀ ਡਰਾਈਵਰ ਕਨੈਕਟਰ ਦੀ ਜ਼ਿੰਮੇਵਾਰੀ ਬਣ ਗਈ ਮੈਨੇਜਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਵੀ ਇੱਥੇ ਗੱਡੀਆਂ ਹੋਰ ਲਾਈਆਂ ਜਾਣ ਤੇ ਸਟਾਫ ਭਰਤੀ ਕੀਤਾ ਜਾਵੇ ਤੁਸੀਂ ਹੁਣ ਦੇਖੋ ਕਿਵੇਂ ਸਵਾਰੀ ਚੜ ਰਹੀ ਹੈ ਸਰਕਾਰ ਕਹਿੰਦੀ ਮੈਨੇਜਮੈਂਟ ਕਹਿ ਰਹੀ ਸਾਨੂੰ KPL ਦਿੱਤੀ ਜਾਵੇ ਤੁਸੀਂ ਇਹ ਦੱਸੋ ਕਿੱਥੋਂ KPL ਆਊਗੀ ਗੱਡੀ ਦੀ ਜੀ ਹੁਣ 100+ ਸਵਾਰੀ ਹੋ ਜਾਣੀ ਆਹ ਮੇਰੇ ਕੋਲ ਇੱਕ ਟਿਕਟਾਂ ਦੀ ਪਹਿਲੇ ਵੀ ਲਿਸਟ ਹੈਗੀ ਆ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਇਹਦੇ ਵਿੱਚ 41 ਟਿਕਟਾਂ ਨੇ ਅਤੇ ਪੁਲਿਸ ਮੁਲਾਜ਼ਮ 3 ਨੇ ਅਤੇ 94 ਆਧਾਰ ਕਾਰਡ ਨੇ 19 ਪਾਸ ਨੇ 5 ਸਟਾਫ ਨੇ ਅਤੇ 162 ਸਵਾਰੀਆਂ ਗੱਡੀ ਦੇ ਵਿੱਚ ਨੇ ਤੁਸੀਂ ਇਹ ਦੱਸੋ ਜੀ ਇਹ ਗੱਡੀ ਕਿੱਥੋਂ KPL ਦੇ ਦੂਗੀ ਜੀ 162 ਦੇ ਵਿੱਚੋਂ 41 ਟਿਕਟਾਂ ਕੱਟ ਹੋਈਆਂ ਸਿਰਫ 41 ਟਿਕਟਾਂ ਕੱਟੀਆਂ ਮੈਂ ਜੀ ਇਹ ਗੱਡੀ ਦੇ ਵਿੱਚੋਂ ਫਿਰ ਮੈਨੇਜਮੈਂਟ ਕਹਿੰਦੀ ਸਾਨੂੰ KPL ਆ ਤੁਸੀਂ ਆ ਨਿਕਾ ਮਾਰੋ ਜੀ ਵੀ ਗੱਡੀ ਇਹ ਕਿਵੇਂ KPL ਦੇ ਦੂਗੀ ਜਿਸ ਗੱਡੀ ਦੇ ਵਿੱਚ ਸੀਟਾਂ 50 ਨੇ 100+ ਸਵਾਰੀ ਸਾਡੇ ਕੋਲ ਹੁੰਦੀ ਹੈ ਤੁਸੀਂ ਇਹ ਦੱਸੋ ਵੀ ਇਹਦੀ ਜ਼ਿੰਮੇਵਾਰੀ ਕਿਸ ਦੀ ਹੈ ਮਤਲਬ ਔਰ ਡਰਾਈਵਰ ਨੂੰ ਮੈਂਟਲੀ ਟੋਰਚਰ ਕਰਿਆ ਜਾਂਦਾ ਇਸ ਟਾਈਮ ਡਰਾਈਵਰ ਸੀਟ 'ਤੇ ਬੈਠੂਗਾ ਉਹਦੀ KPL ਘੱਟ ਆਊਗੀ ਨੂੰ ਫੋਨ ਆਊਗਾ ਵੀ ਤੇਰੀ KPL ਘੱਟ ਹੈ ਤੈਨੂੰ ਕੱਲ੍ਹ ਨੂੰ ਰੂਟ ਚੇਂਜ ਕੀਤਾ ਜਾਊਗਾ KPL ਮਤਲਬ ਕਿਲੋਮੀਟਰ ਪਰ ਲੀਟਰ ਐਵਰੇਜ ਪਰ ਲੀਟਰ 5 ਦੀ KPL ਮੰਗਦੇ ਜੀ 1 ਲੀਟਰ ਨਾਲ 5 ਦੀ ਔਰ ਜੋ ਕੰਪਨੀ ਕਹਿ ਰਹੀ ਹੈ ਵੀ ਅਸੀਂ ਕੋਈ KPL ਨਹੀਂ ਦੇ ਰਹੇ ਹੈ ਪਰ ਕੰਪਨੀ ਤੋਂ ਬਾਅਦ ਇਹ ਵਾਢੀ ਲੱਗਦੀ ਹੈ ਵਾਢੀ ਤੋਂ ਬਾਅਦ ਜੋ 50 ਸੀਟਾਂ ਲੱਗਦੀਆਂ ਨੇ ਸੀਟਾਂ ਤੋਂ ਬਾਅਦ ਇਹ ਗੱਡੀ ਓਵਰਲੋਡ ਵੀ ਹੁੰਦੀ ਹੈ ਮਤਲਬ ਕਹਿਣ ਤੋਂ ਬਾਅਦ ਵੀ ਸਿਰ ਤੇ ਬੰਦਾ ਟੋਕਰਾ ਰੱਖ ਕੇ ਉਹਦੇ ਵਿੱਚ 1.5 ਕੁਇੰਟਲ ਵਜਨ ਜੇ 50 ਕਿਲੋ ਚੱਕ ਸਕਦਾ 1.5 ਕੁਇੰਟਲ ਲੈ ਕੇ ਫਿਰ ਭੱਜ ਕੇ ਵੀ ਜਾਵੇ ਭੱਜ ਕੇ ਵੀ ਜਾਵੇ ਫਿਰ ਕਹੇ ਵੀ ਮੇਰੇ ਗੋਡੇ ਨਹੀਂ ਦੁਖਦੇ ਹਾਂਜੀ ਹਾਂਜੀ ਅਸੀਂ ਸਰਕਾਰ ਨੂੰ ਇਹੀ ਕਹਿੰਦੇ ਹਾਂ ਵੀ ਆਹ ਹਾਲ ਦੇਖ ਲਓ ਤੁਸੀਂ ਔਰ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਟਾਫ ਭਰਤੀ ਕੀਤਾ ਜਾਵੇ ਰੈਗੂਲਰ ਸਟਾਫ ਕੀਤਾ ਜਾਵੇ 10,000 ਨਵੀਂ ਬੱਸ ਪਾਈ ਜਾਵੇ ਜਿਹੜੀ ਸਫ਼ਰ ਸਹੂਲਤ ਫ੍ਰੀ ਹੈ ਸਾਡੀਆਂ ਹੀ ਭੈਣਾਂ ਨੇ ਸਾਡੀਆਂ ਮਾਤਾਵਾਂ ਨੇ ਅਸੀਂ ਨਹੀਂ ਕਹਿੰਦੇ ਬਿਲਕੁਲ ਮਾੜਾ ਹੈ ਬਿਲਕੁਲ ਸਹੀ ਹੈ ਜਿਹੜਾ ਸਫ਼ਰ ਸਹੂਲਤ ਹੈ ਬਹੁਤ ਵਧੀਆ ਪਰ ਉਹਦੇ ਵਾਸਤੇ ਸਵਾਰੀ ਵਾਸਤੇ ਬੱਸਾਂ ਨਵੀਆਂ ਲਾਗੂ ਕੀਤੀਆਂ ਜਾਣ ਔਰ ਜਿਹੜੇ ਲੌਂਗ ਰੂਟ ਹੈ ਜਾਂ ਲੋਕਲ ਰੂਟ ਹੈ ਉੱਥੇ ਬੱਸਾਂ ਪਾਈਆਂ ਜਾਣ ਔਰ ਸਮੇਤ ਸਟਾਫ ਬੱਸਾਂ ਪਾਈਆਂ ਜਾਣ ਔਰ ਸਵਾਰੀ ਵਾਸਤੇ ਕੋਈ ਦਿੱਕਤ ਨਾ ਆਵੇ ਇਹ ਦੇਖੋ ਜੀ ਇੱਕ ਬੱਸ ਭਰ ਚੁੱਕੀ ਹੈ ਸਵਾਰੀ ਫੇਰ ਵੀ ਖੜੀ ਹੈ ਉਹ ਦੱਸੋ ਜੀ ਹੁਣ ਅਗਲੀ ਬੱਸ ਲੱਗੂਗੀ ਉਹਦੇ ਵਿੱਚ ਜਾਊਗੀ ਇਹ ਗੱਡੀ KPL ਕਿੱਥੋਂ KPL ਦੇ ਦੂਗੀ ਜੀ ਹੁਣ ਮਤਲਬ ਸਵਾਰੀ ਬੱਸ ਨੱਕੋ ਨੱਕ ਭਰੀ ਹੋਈ ਹੈ ਸੀਟਾਂ ਭਰ ਕੇ ਵੀ ਅੱਗੇ ਬੰਦੇ ਖੜੇ ਆ ਵਿੱਚ ਫੁੱਲ ਸੀਟਾਂ ਭਰ ਕੇ ਵੀ ਬੰਦੇ ਖੜੇ ਆ ਤੁਸੀਂ ਖੁਦ ਦੇਖ ਲਿਓ ਜਦ ਇਸ ਗੱਡੀ ਨੇ ਚੱਲਣਾ ਜੀ ਔਰ ਕਿਵੇਂ ਗੱਡੀ ਨੇ ਨਾ ਲਟਕਦੀ ਨੇ ਜਾਣਾ ਇਹ ਅਗਰ ਕੋਈ ਸਵਾਰੀ ਗਿਰ ਕੇ ਮਰ ਗਈ ਜਾਂ ਗਰਮੀਆਂ ਦੇ ਦਿਨ ਆ ਗਏ ਕਿਸੇ ਨੂੰ ਅਟੈਕ ਹੋ ਗਿਆ ਕੁਛ ਹੋ ਗਿਆ ਉੱਥੇ ਡਰਾਈਵਰ ਕਨੈਕਟਰ ਦੀ ਜ਼ਿੰਮੇਵਾਰੀ ਬਣ ਜਾਣੀ ਔਰ ਮੈਨੇਜਮੈਂਟ ਨੇ ਇਹ ਨਹੀਂ ਕਹਿਣਾ ਵੀ ਤੂੰ ਕਿਉਂ ਇੰਨੀ ਓਵਰਲੋਡ ਕਰੀ ਆ ਉਹ ਫਿਰ ਵੀ ਕਨੈਕਟਰ ਸਾਹਿਬ ਕਿੰਨੇ ਮਿੰਟ ਪਏ ਹਲੇ ਬੱਸ ਤੁਰਨ ਨੂੰ ਬਈ ਟਾਈਮ ਹੋ ਗਿਆ ਹੁਣੇ ਹੋ ਗਿਆ ਟਾਈਮ ਤੇ ਹੁਣ ਤੋਰਨ ਲੱਗੇ ਹੋ ਭਰ ਗਈ ਬੱਸ ਪੂਰੀ ਬੱਸ ਭਰੀ ਵੇ ਸਵਾ ਉਹਦੇ ਉੱਪਰ ਸਵਾਰੀ ਹੈ ਜੀ ਕਿੱਥੇ ਜਾਣੀ ਬੱਸ ਇਹ ਨੂਰ ਰੁਪਏ ਦੀ ਜਾਣੀ ਉਦੋਂ ਤੱਕ ਇਹ ਖਾਲੀ ਹੋ ਜੂਗੀ ਰਾਹ ਦੀ ਸਵਾਰੀ ਨਾ ਹੋਰ ਭਰਨੀ ਜੀ ਰਸਤੇ ਜੋ ਇਹ ਹੁਣ ਤੁਸੀਂ ਕਿੱਥੇ ਚੜੋਗੇ ਵਿੱਚ ਬਸ ਮਜਬੂਰੀ ਹੈ ਜੀ ਕਿਆ ਕਰੀਏ ਹੁਣ ਨਾ ਲਾ ਸਕਦੇ ਕਿਸੇ ਨੂੰ ਨਾ ਚੜਾ ਸਕਦੇ ਮਨਾ ਕਰਦੀ ਕਿਸੇ ਨੂੰ ਅਗਲਾ ਗਾਣਾ ਕੱਢਦਾ ਜੀ ਘਰ ਤੱਕ ਪੁੱਜਦਾ ਅਗਲਾ ਟਿਕਟਾਂ ਕਿੱਦਾਂ ਕੱਟਦੇ ਹੁਣ ਇੰਨੀ ਲੱਦੀ ਹੋਈ ਬੱਸ ਦੇ ਵਿੱਚ ਬਸ ਰਾਹ ਬੱਸ ਹੀ ਕੱਟ ਹੋਈ ਜਾਂਦੀਆਂ ਜੀ ਤੁਸੀਂ ਇਹ ਤੋਂ ਕੋਈ ਲੋਹੇ ਦੇ ਕੱਪੜੇ ਪਾ ਕੇ ਜਾਇਆ ਕਰੋ ਇਹ ਤਾਂ ਘਸ ਜਾਂਦੀ ਹੋਣੀ ਸ਼ਰਟ ਬਟਨ ਤੋੜ ਦਿੰਦਾ ਜੀ ਇਹ ਤਾਂ ਬਟਨ ਟੁੱਟ ਜਾਂਦੇ ਲੰਘ ਨਹੀਂ ਹੁੰਦਾ ਵਿੱਚੋਂ ਦੇਖੋ ਨਿਗਾਹ ਮਾਰ ਲਓ ਜੀ ਗੱਡੀ ਲੈਣ ਲੱਗੀ ਵੀ ਡਬਲ ਲੈਣ ਲੱਗੀ ਵੀ ਫਿਰ ਵੀ ਲੋਕ ਚੜ੍ਹਨੇ ਨਹੀਂ ਹਟਦੀ ਮਨਾ ਕਰ ਦਈਏ ਤਾਂ ਉਲਟੀ ਸਾਡੀ ਰਿਪੋਰਟਾਂ ਕਰਦੇ ਅੰਦਰ ਵੀ ਚੜ੍ਹਾਉਂਦੇ ਨਹੀਂ ਹੈਗੇ
100-150 ਸਵਾਰੀ ਉੱਪਰ ਵੀ ਹੋਵੇ ਨਾ ਤਾਂ ਵੀ ਕਿਹਨੂੰ ਕਿਹਾ ਵੀ ਰੋਕੇ ਆਓ ਹਰੇ ਗੱਡੀ 'ਚ, ਕੋਈ ਗਿਰ ਕੇ ਮਰ ਜਾ, ਕੋਈ ਗੱਲਬਾਤ, ਟਿਕਟ ਮਿਸ ਵੀ ਹੋ ਗਈ ਉਹ ਸਾਡੇ ਗੱਲ ਪੈਣੀ ਜੀ। ਹੁਣ ਟਿਕਟਾਂ ਕੱਟਣੀ ਔਖੀ ਹੋ ਜਾਂਦੀ, ਬੱਚਿਆਂ ਦੀ ਟਿਕਟ ਦੇਖ ਕੇ ਕੱਟਣੀ ਪੈਂਦੀ, ਆਧਾਰ ਕਾਰਡ ਜਿਹਦੇ ਘਰ ਰਹਿ ਗਿਆ ਉਹ ਟਿਕਟ ਨਹੀਂ ਲੈਂਦੀ ਜੀ, ਲੇਡੀ ਜੇ ਆਧਾਰ ਕਾਰਡ ਘਰੇ ਹੈਗਾ ਨਾ ਉਹ ਟਿਕਟ ਨਹੀਂ ਲੈਣੀ ਜੀ ਆਪਣੀ, ਉਹ ਜੇ ਪਤਾ ਲੱਗ ਗਿਆ ਤਾਂ ਨਹੀਂ ਟਿਕਟ ਨਹੀਂ ਲੈਣੀ, ਉਹ ਲੜਨਾ ਪੈਣਾ ਉਹਦੇ ਨਾਲ, ਨਿਗਾ ਮਾਰ ਲਓ ਜੀ ਇੱਧਰ ਦੇਖੋ ਜੀ। ਬਿਲਕੁਲ ਤਸਵੀਰਾਂ ਆਪਣੇ ਆਪ ਬਿਆਨ ਕਰਦੀਆਂ, ਕੁਝ ਇੱਥੇ ਬਿਆਨ ਕਰਨ ਦੀ ਲੋੜ ਨਹੀਂ, ਪ੍ਰਤੱਖ ਨੂੰ ਕੋਈ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਤਸਵੀਰਾਂ ਬਿਆਨ ਕਰ ਰਹੀਆਂ ਅਤੇ ਜੋ ਕੰਡਕਟਰ ਹੋਰਾਂ ਨੇ ਕਿਹਾ ਅਤੇ ਦੂਜੇ ਪਾਸੇ ਜੋ ਤੁਹਾਡਾ ਨਾਂ ਕੀ ਤੁਸੀਂ ਅਹੁਦਾ ਕੀ ਤੁਹਾਡਾ? ਮੈਂ ਪ੍ਰਧਾਨ ਕੁਲਵੰਤ ਸਿੰਘ ਜੀ ਰੋਪੜ ਡਿਪੂ, ਔਰ ਇਹ ਗੱਡੀ ਭਰ ਗਈ ਜੀ, ਉਸ ਤੋਂ ਬਾਅਦ ਸਵਾਰੀ ਦੇਖ ਲਓ ਕਿਵੇਂ ਹਜਾ ਫਿਰ ਖੜੀ ਹੈ। ਸੋ ਬਿਲਕੁਲ ਸਵਾਰੀ ਅਜੇ ਵੀ ਖੜੀ ਹੈ, ਦੂਜੀ ਬੱਸ ਦੀ ਉਡੀਕ ਦੇ ਵਿੱਚ ਹੈ, ਹਾਲਾਂਕਿ ਨੱਕੋ ਨੱਕ ਭਰ ਕੇ ਵੀ। ਸੋ ਇਹ ਵੱਡੇ ਸਵਾਲ ਹੈ ਆਪਣੇ ਆਪ ਦੇ ਵਿੱਚ ਇਸ ਪ੍ਰਬੰਧ ਦੇ ਉੱਤੇ ਕਿ ਵਾਕਈ ਇਹ ਪ੍ਰਬੰਧ ਸੁਚਾਰੂ ਹੈ, ਇਹਨੂੰ ਸੁਚਾਰੂ ਬਣਾਉਣ ਦੇ ਲਈ ਕੀ ਕੁਝ ਕਰਨਾ ਚਾਹੀਦਾ, ਕਿੰਨੇ ਹੋਰ ਕਿੰਨੀਆਂ ਬੱਸਾਂ ਦੀ ਲੋੜ ਹੈ, ਕਿੰਨੇ ਸਟਾਫ ਦੀ ਲੋੜ ਹੈ, ਜਿਸ ਤਰ੍ਹਾਂ ਇਹਨਾਂ ਨੇ ਮੰਗ ਕੀਤੀ ਹੈ, ਕਿਹੜੀਆਂ ਕਮੀਆਂ ਪੇਸ਼ ਆ ਰਹੀਆਂ, ਕਿਹੜੀਆਂ ਦੁੱਖ ਤਕਲੀਫਾਂ ਸਵਾਰੀਆਂ ਨੂੰ ਹੋ ਰਹੀਆਂ, ਕਿਹੜੀਆਂ ਜਿਹੜਾ ਸਟਾਫ ਹੈ ਇਹਨਾਂ ਨੂੰ ਹੋ ਰਹੀਆਂ, ਇਹ ਕੌਣ ਦੇਖੂਗਾ, ਕਦੋਂ ਦੇਖੂਗਾ, ਅਤੇ ਇਹ ਪ੍ਰਬੰਧ ਕਦੋਂ ਸੁਚਾਰੂ ਚੱਲ ਸਕੇਗਾ, ਆਪਣੇ ਆਪ ਦੇ ਵਿੱਚ ਵੱਡੇ ਸਵਾਲ।